ਪੰਜਾਬ ਬੀਜੇਪੀ ਪ੍ਰਧਾਨ ਤੇ ਅੰਮ੍ਰਿਤਸਰ ਤੋਂ ਰਾਜ ਸਭਾ ਸਾਂਸਦ ਸ਼ਵੇਤ ਮਲਿਕ ਬੀਤੇ ਦਿਨ ਗੁਰੂ ਨਗਰੀ ਪਹੁੰਚੇ ਤਾਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮਲਿਕ ਵੱਲੋਂ ਥਾਪੇ ਗਏ ਨਵੇਂ ਜ਼ਿਲ੍ਹਾ ਅਹੁਦੇਦਾਰਾਂ ਤੇ ਵਰਕਰਾਂ ਨੇ ਢੋਲ ਨਗਾੜਿਆਂ ਦੇ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਇਸੇ ਦੌਰਾਨ ਵਰਕਰਾਂ ਦੇ ਕਹਿਣ ਤੇ ਮਲਿਕ ਸਾਹਿਬ ਆਪਣੀ ਲਗਜ਼ਰੀ ਗੱਡੀ ਤੋਂ ਉਤਰ ਕੇ ਹਾਥੀ ਦੀ ਸਵਾਰੀ ਕਰਦੇ ਵੀ ਦਿਖੇ। ਪਰ ਸਵਾਰੀ ਲੱਗਦਾ ਉਹਨਾਂ ਨੂੰ ਰਾਸ ਨਹੀਂ ਆਈ। ਪਹਿਲੀ ਤਸਵੀਰ, ਜਦ ਸਾਂਸਦ ਸਾਹਿਬ ਹਾਥੀ ਤੇ ਚੜ੍ਹਨ ਲੱਗੇ, ਇਸ ਦੌਰਾਨ ਸ਼ਾਇਦ ਉਹਨਾਂ ਨੂੰ ਹਾਥੀ ਤੇ ਚੜ੍ਹਨਾ ਮਾਊਂਟ ਐਵਰੈਸਟ ਦੀ ਚੜ੍ਹਾਈ ਦੇ ਬਰਾਬਰ ਲੱਗਿਆ। ਦੂਜੀ ਤਸਵੀਰ, ਜਿਵੇਂ ਤਿਵੇਂ ਕਰਕੇ ਸ਼ਵੇਤ ਮਲਿਕ ਗੱਜ ਮਹਾਰਾਜ ਦੀ ਸਵਾਰੀ ਕਰਨ ਲਈ ਚੜ੍ਹਤਾ ਗਏ, ਪਰ ਸਵਾਰੀ ਇੰਜੋਏ ਕਰਦੇ ਨਹੀਂ ਦਿਖੇ। ਇੱਥੋਂ ਤੱਕ ਕਿ ਮਲਿਕ ਸਾਹਿਬ ਆਪਣੇ ਆਪ ਨੂੰ ਬਚਾਉਣ ਲਈ ਚਾਲਕ ਨੂੰ ਆਪਣਾ ਹੱਥ ਫੜਨ ਲਈ ਵੀ ਕਹਿੰਦੇ ਦਿਖਾਈ ਦਿੱਤੇ। ਹੁਣ ਜ਼ਰਾ ਤੀਜੀ ਤਸਵੀਰ ਵੇਖੋ, ਢੋਲ ਵੱਜ ਰਹੇ ਨੇ, ਨਾਰੇ ਲੱਗ ਰਹੇ ਨੇ। ਹਾਥੀ ਤੇ ਸਵਾਰ ਸ਼ਵੇਤ ਮਲਿਕ ਦੇ ਚਿਹਰੇ ਦਾ ਰੰਗ ਇਹਨਾਂ ਸਭ ਦੇ ਨਾਲ ਮੇਲ ਖਾਂਦਾ ਨਹੀਂ ਦਿਖ ਰਿਹਾ। ਹੁਣ ਜ਼ਰਾ ਚੌਥੀ ਤੇ ਆਖਰੀ ਤਸਵੀਰ ਵੇਖੋ, ਵੀ ਹਾਥੀ ਤੇ ਚੜ੍ਹਨਾ ਔਖਾ ਸੀ ਤਾਂ ਉਤਰਨਾ ਕਿਹੜਾ ਸੌਖਾ ਹੋਣਾ ਸੀ। ਸ਼ਵੇਤ ਮਲਿਕ ਫਿਸਲ ਫਿਸਲ ਕੇ ਹਾਥੀ ਤੋਂ ਉਤਰ ਰਹੇ ਸਨ ਤੇ ਥੱਲੇ ਉਹਨਾਂ ਦੇ ਵਰਕਰ ਉਹਨਾਂ ਨੂੰ ਪੋਚਣ ਦੀ ਤਿਆਰੀ ਚ ਸਨ। ਪਰ ਚਲੋ, ਮਲਿਕ ਸਾਹਿਬ ਦੀ ਲੈਂਡਿੰਗ ਸੇਫ ਰਹੀ ਤੇ ਹਾਥੀ ਤੋਂ ਉਤਰ ਕੇ ਕਿਤੇ ਉਹਨਾਂ ਦੇ ਸਾਹ ਵਿੱਚ ਸਾਹ ਆਇਆ। ਦੈਨਿਕ ਸਵੇਰਾ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਹਨੀਸ਼ ਦੇ ਨਾਲ ਰਾਜੀਵ ਸ਼ਰਮਾ ਦੀ ਰਿਪੋਰਟ।